ਕੀ ਹਾਲ ਨੇ ਸਭ ਦੇ ਜੀ? ਠੀਕ ਠਾਕ ਹੋ? ਅਸੀਂ ਮਈ ਦੇ ਵਿੱਚ ਗਏ ਸੀ, 5 ਜਣੇ ਆਫਿਸ ਦੇ ਫਰੈਂਡਸ, ਮਨਾਲੀ, ਜਸਪਾ, ਸਿਸੂ। ਅਤੇ ਉਦੋਂ ਪਤਾ ਨਹੀਂ ਸੀ ਬਲੌਗ ਬਣਾਵਾਂਗੇ, ਅਤੇ ਮੈਂ ਵੀਡੀਓ ਜੋੜ ਜੋੜ ਕੇ ਹੁਣ ਇੱਕ ਬਲੌਗ ਬਣਾਇਆ, ਅਤੇ ਮੈਂ ਕਿਹਾ ਚਲੋ ਪੋਸਟ ਕਰਦੇ ਹਾਂ। ਅਤੇ ਅਸੀਂ ਮਨਾਲੀ ਟੱਪ ਕੇ ਪਹਿਲਾਂ ਗਏ, ਸਭ ਤੋਂ ਇਹ ਹੈਗਾ ਸ਼ੇਰੇ ਪੰਜਾਬ, ਜੋ ਤੁਸੀਂ ਦੇਖ ਰਹੇ ਹੋ, ਸ਼ੇਰੇ ਪੰਜਾਬ ਰੈਸਟੋਰੈਂਟ ਆ। ਅਤੇ ਬੜਾ ਵਧੀਆ ਇਹਨਾਂ ਦਾ ਖਾਣਾ ਸੀ, ਸਵਾਦ ਸੀ, ਟੇਸਟੀ ਸੀ, ਅਤੇ ਵਿਊ ਵੀ ਬਹੁਤ ਵਧੀਆ ਇਹਨਾਂ ਦਾ। ਅਤੇ ਇੱਥੇ ਅਸੀਂ ਕਾਫੀ ਦੇਰ ਰੁਕੇ, ਅਤੇ ਆਲੇ ਦੁਆਲੇ ਨੇਚਰ ਦੇਖੀ, ਅਤੇ ਬਹੁਤ ਵਧੀਆ ਸਾਨੂੰ ਫੀਲ ਹੋਇਆ, ਫਰੈਸ਼ ਜਿਹਾ ਫੀਲ ਹੋਇਆ, ਜਿਵੇਂ ਥਕਾਵਟ ਜੀ ਸਾਰੀ ਜੋ ਸਫ਼ਰ ਦੀ ਲੈ ਗਈ ਸੀਗੀ। ਫਿਰ ਇੱਥੇ ਕੁਛ ਕੁ ਫੋਟੋਆਂ ਖਿੱਚੀਆਂ, ਕੁਛ ਕੁ ਵੀਡੀਓ ਬਣਾਈਆਂ, ਅਤੇ ਇੰਜੋਏ ਕੀਤਾ। ਉਸ ਤੋਂ ਬਾਅਦ ਅਸੀਂ ਅਟਲ ਟਨਲ ਵਿੱਚ ਗਏ, ਅੱਗੇ ਜਾਣ ਲਈ, ਸਿਸੂ ਜਾਣ ਲਈ। ਅਤੇ ਅਟਲ ਟਨਲ ਜਦੋਂ ਆਪਾਂ ਬਾਹਰ ਨਿਕਲਦੇ ਹਾਂ, ਅਲੱਗ ਹੀ ਤਰ੍ਹਾਂ ਦੇ ਪਹਾੜ ਆ ਜਾਂਦੇ ਨੇ। ਉੱਧਰ ਤੁਸੀਂ ਦੇਖਿਆ ਹੋਵੇ ਗ੍ਰੀਨਰੀ ਬਹੁਤ ਆ, ਅਤੇ ਇੱਥੇ ਬਿਲਕੁਲ ਬਰਫ਼ ਨਾਲ ਢੱਕੇ ਹੋਏ ਜਾਂ ਬਿਨਾਂ ਦਰੱਖਤਾਂ ਤੋਂ ਪਹਾੜ ਸੀਗੇ, ਪਰ ਇਹ ਬਹੁਤ ਸੋਹਣੇ ਸੀ। ਫਿਰ ਇੱਥੇ ਅਸੀਂ ਰੁਕੇ, ਅਤੇ ਸਾਨੂੰ ਸੋਹਣੀ ਜਗ੍ਹਾ ਲੱਗੀ, ਅਸੀਂ ਫੋਟੋ ਵਗੈਰਾ ਲਈਆਂ, ਅਲੱਗ ਅਲੱਗ ਪੋਜ਼ ਮਾਰੇ ਯਾਰਾਂ ਦੋਸਤਾਂ ਨੇ। ਅਤੇ ਫੋਟੋ ਫੋਟੋ ਕਰਾਉਣ ਤੋਂ ਬਾਅਦ ਅਸੀਂ ਅੱਗੇ ਨਿਕਲ ਗਏ, ਅਤੇ ਅੱਗੇ ਅੱਗੇ ਸਿਸੂ ਰੁਕਾਂਗੇ। ਅਤੇ ਰਸਤੇ ਦੇ ਵਿੱਚ ਸਾਨੂੰ ਇਹ ਵਾਟਰਫਾਲ ਦਿਖਿਆ, ਅਤੇ ਪਹਿਲਾਂ ਅਸੀਂ ਉਰੇ ਖੜ੍ਹੇ ਵੀ ਚਲੋ ਫੋਟੋ ਕਰਾਉਂਦੇ ਹਾਂ, ਪਰ ਫਿਰ ਅਸੀਂ ਅੱਗੇ ਜਾਣ ਦਾ ਮਨ ਬਣਾਇਆ ਵੀ ਆ ਕੇ ਦੇਖਾਂਗੇ। ਅਤੇ ਫਿਰ ਅਸੀਂ ਚਲੇ ਗਏ ਸਿਸੂ, ਅਤੇ ਸਿਸੂ ਤੋਂ ਅਸੀਂ ਨਿਕਲਣ ਲੱਗੇ ਸੀ, ਫਿਰ ਸਾਨੂੰ ਇਹ ਵਾਟਰਫਾਲ ਦੇਖਿਆ, ਸਿਸੂ ਵਾਟਰਫਾਲ। ਫਿਰ ਅਸੀਂ ਸੋਚਿਆ ਵੀ ਇਹਦੇ ਕੋਲ ਜਾਣਾ, ਅਤੇ ਫਿਰ ਅਸੀਂ ਟਰੈਕਿੰਗ ਕਰਨ ਲਈ ਰੈਡੀ ਹੋ ਗਏ। ਗੱਡੀ ਪਾਰਕ ਕਰਨ ਲੱਗੇ, ਕੁਝ ਬੱਚੇ ਆਏ ਸੀਗੇ, ਅਤੇ ਇਹਨਾਂ ਨੂੰ ਗੱਡੀ ਦੇਖ ਕੇ ਬਹੁਤ ਚਾਅ ਚੜਿਆ, ਅਤੇ ਵਧੀਆ ਲੱਗਿਆ ਮੈਨੂੰ ਵੀ। ਅਤੇ ਇਸ ਤੋਂ ਬਾਅਦ ਅਸੀਂ ਖਾਣ ਬੈਠ ਗਏ ਸੀ, ਅਤੇ ਤੁਸੀਂ ਜਿਹੜਾ ਪੁਲ ਦੇਖਦੇ ਹੋ, ਨਦੀ ਦੇਖਦੇ ਜਾਂ ਪੁਲ ਆ, ਇਹਦੇ ਬਹੁਤ ਵਧੀਆ ਵਿਊ ਸੀ। ਅਤੇ ਤੁਹਾਨੂੰ ਮੈਂ ਇਹਦੇ ਪੁਲ ਦਾ ਬਾਅਦ ਵਿੱਚ ਵੀ ਕੀ ਦਿਖਾਉਂ, ਹੁਣ ਫਲੱਡ ਦੌਰਾਨ ਇਹਦਾ ਕੀ ਹਾਲ ਹੋ ਚੁੱਕਿਆ ਸੀਗਾ। ਇੱਥੇ ਅਸੀਂ ਵੀਡੀਓ ਵਗੈਰਾ ਬਣਾਈਆਂ ਸਭ ਨੇ, ਅਤੇ ਫੋਟੋਆਂ ਵਗੈਰਾ ਲਈਆਂ। ਅਤੇ ਹੁਣ ਤੁਸੀਂ ਦੇਖਦੇ ਹੋਵੋਗੇ ਉਹੀ ਪੁਲ ਆ ਜਿੱਥੇ ਅਸੀਂ ਹੁਣ ਵੀਡੀਓ ਦੇ ਫੋਟੋਆਂ ਕਰਵਾ ਰਹੇ ਸੀ, ਅਤੇ ਇੱਦਾਂ ਇਹਦਾ ਹਾਲ ਹੋ ਚੁੱਕਿਆ ਸੀ, ਅਤੇ ਬੜਾ ਦਿਲ ਜਿਹਾ ਟੁੱਟਿਆ। ਅਤੇ ਫਿਰ ਅਸੀਂ ਟਰੈਕਿੰਗ ਅੱਗੇ ਸਟਾਰਟ ਕਰਤੀ, ਜਿਹੜਾ ਤੁਹਾਨੂੰ ਵਾਟਰਫਾਲ, ਸਿਸੂ ਵਾਟਰਫਾਲ ਦਿਖਾਇਆ। ਅਤੇ ਰਸਤੇ ਦੇ ਵਿੱਚ ਇਹ ਉੱਪਰੋਂ ਝਰਨਾ ਆ ਰਿਹਾ ਸੀਗਾ, ਉਸ ਉਹ ਜਿਹੜਾ ਵਾਟਰਫਾਲ ਆ ਉਹਦਾ ਝਰਨਾ ਹੀ ਨੀਚੇ ਆ ਰਿਹਾ। ਅਤੇ ਇਹ ਆ ਟਰੈਕਿੰਗ, ਤੁਸੀਂ ਦੇਖ ਲਓ ਹਰੀ ਸ਼ਰਟ ਵਾਲੇ ਸਾਡੇ ਹੰਭੇ ਪਏ ਨੇ, ਅਤੇ ਇਹ ਬੰਦੇ ਦੀ ਵੀ ਬੱਸ ਹੋ ਗਈ, ਟੀ ਸ਼ਰਟ ਵਾਲੇ ਦੀ, ਇਹ ਜਸਮੀਤ ਆ, ਇਹਦੀ ਬੱਸ ਹੋ ਗਈ ਚੜ੍ਹਦੇ ਦੀ। ਬਹੁਤ ਜਾਣੀ ਕਿ ਇੱਕ ਤਾਂ ਚੜ੍ਹਾਈ ਸੀ, ਥੱਕ ਵੀ ਰਹੇ ਸੀ, ਅਤੇ ਇਹ ਬਹੁਤ ਨੇੜੇ ਲੱਗ ਰਿਹਾ, ਪਰ ਉਹ ਛੋਟੇ ਛੋਟੇ ਬੰਦੇ ਦਿਖ ਰਹੇ ਨੇ, ਬਹੁਤ ਦੂਰ ਆ। ਆਹ ਦੇਖੋ ਅਸੀਂ ਕਿੰਨਾ ਉੱਤੇ ਆ ਗਏ, ਫਿਰ ਵੀ ਬਹੁਤ ਦੂਰ ਆ, ਅਤੇ ਉੱਪਰ ਖਤਰਨਾਕ ਵੀ ਆ ਚੜ੍ਹਾਈ, ਜਿਹੜੀਆਂ ਝਰਨੇ ਦੀਆਂ ਬੂੰਦਾਂ ਨੇ ਨਾ, ਉਹਦੇ ਕਰਕੇ ਸਲਿਪਰੀ ਹੋਇਆ ਹੋਇਆ ਸੀ ਸਾਰਾ, ਅਤੇ ਬੜਾ ਡਰ ਲੱਗਿਆ ਸੀ। ਚੜ੍ਹਤਾ ਗਏ ਹੌਂਸਲਾ ਜਿਹਾ ਕਰਕੇ ਅਸੀਂ ਗੇਰਾਂ, ਪਰ ਇਹ ਮਤਲਬ ਇੱਥੇ ਤੱਕ ਬਾਛੜ ਆ ਰਹੀ ਸੀਗੀ ਉਹਦੀ, ਝਰਨੇ ਦੀ। ਦੇਖੋ ਉੱਪਰ ਵਿਊ ਕਿੰਨਾ ਵਧੀਆ, ਅਤੇ ਪਰ ਇਹ ਓਨਾ ਹੀ ਜ਼ਿਆਦਾ ਡਰਾਵਣਾ ਵੀ ਸੀ, ਸੋਹਣਾ ਵੀ ਸੀ, ਡਰਾਵਣਾ ਵੀ ਸੀ। ਇਹ ਬਹੁਤ ਦੂਰ ਆ ਫਿਰ ਵੀ, ਅਤੇ ਛੋਟੇ ਛੋਟੇ ਤੁਸੀਂ ਰਾਹ ਵਿੱਚ ਦੀ ਦੇਖੇ ਹੋਵੋਗੇ ਵੀ ਇੰਨੇ ਕੀ। ਉਹ ਦੇਖੋ ਨੀਚੇ ਜਾਣ ਲੱਗੇ ਬਹੁਤ ਡਰ ਲੱਗਦਾ ਸੀ, ਉਹ ਦੇਖੋ ਕਿੱਥੇ ਖੜਾ ਹੁੰਦਾ, ਕਿਹੜਾ ਚੜ੍ਹਨ ਜਾਂਦੇ ਸੀ, ਬਸ ਫਿਰ ਡਰ ਬਹੁਤ ਲੱਗਦਾ ਸੀਗਾ। ਉਹ ਦੇਖੋ ਤੁਹਾਨੂੰ ਉਹ ਸਕਰੀਨ ਦੇ ਵਿੱਚ ਬਾਛੜਾਂ ਵੀ ਦਿਖ ਰਹੀਆਂ ਹੋਣਗੀਆਂ, ਨਜ਼ਾਰਾ ਵੀ ਬਹੁਤ ਸੀਗਾ ਇਹਦਾ, ਪਰ ਰੱਬ ਰੱਬ ਕਰਦੇ ਸੀ ਗਏ, ਰੱਬ ਰੱਬ ਕਰਦੇ ਆਏ। ਚੜ੍ਹਨਾ ਸੌਖਾ, ਉਤਰਨਾ ਬਹੁਤ ਔਖਾ ਇੱਥੇ। ਫਿਰ ਇੱਥੇ ਹੁਣ ਵੀਡੀਓ ਵਗੈਰਾ ਬਣਾਈਆਂ, ਪੁਸ਼ਅਪ ਲਾਏ, ਬਾਛੜਾਂ ਤੁਸੀਂ ਦੇਖ ਰਹੇ ਹੋ ਹੁਣ ਵੀ ਸਕਰੀਨ ਦੇ ਉੱਪਰ ਦੀ ਕਿਵੇਂ ਆ ਰਹੀਆਂ ਨੇ। ਅਤੇ ਵੀਡੀਓ ਬਣਾਉਣ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਉੱਥੇ ਬੈਠੇ, ਇਹਨੂੰ ਮਾਣਿਆ ਵੀ ਹੁਣ ਇੰਨੀ ਦੂਰ ਆਏ ਵੀ ਹਾਂ, ਅਤੇ ਥੋੜ੍ਹਾ ਜਿਹਾ ਫੀਲ ਕਰੋ। ਪਰ ਡੇਂਜਰਸ ਸੀਗਾ, ਪਰ ਮਜ਼ਾ ਆਇਆ, ਅਲੱਗ ਜਿਹਾ ਸੀ। ਫਿਰ ਅਸੀਂ ਫੀਲ ਕਰਿਆ, ਬਹੁਤ ਵਧੀਆ ਲੱਗਦਾ।
उस तो बाद फिर असी जस्बा लई अगे निकल गए। तो हुण बंदियां नूं मैं बिठाउणा, ड्राइविंग मैं ही कर रहा सीगा। लो जी, ये असी जस्बा पहुँच गए सी होटल। तो होटल दे मतलब खिड़की दे विचों मैं तुहानूं व्यू दिखा रहा, और साड़ी गड्डी खड़ी आ चिट्टी जी, तो सामने नदी आ, नदी ते भी जावांगे, तो उत्थे फोटो वगैरह करवाइयां असी। पानी बहुत ठंडा सी, तुसीं मैनूं लगदा 10 सैकंड भी दे विच पैर नहीं रख सकते। तो टेंट असी किसे दा भाई धारा देखिया सीगा, धारा फड़ लिया, फोटो फोटो कराइया सोहना लग्या सानूं। उस तो बाद होर पंगे ले, होर वीडियो बनाइया। वापसी ते आउंदे हुए राह दे विच असी फोटो वगैरह करवाइया, लोकेशन बहुत वधिया सी, तुसीं भी देखो व्यू बहुत सोहने आ, बड़ा सोहना राह सीगा। इत्थे असी बैठे फोटो वगैरह करवाइया। ते इहो झरना जिहड़ा तुहानूं पहला जांदे हुए दिखाया सीगा भी असी स्किप करता सीगा, पर आउंदे फिर असी इत्थे फोटो करवाइया। ते वापसी ते फिर असी हुण टनल च बड़ गए, ते फिर आपां मनाली नहीं गए, पहला सजला विलेज आते, सजला वाटरफॉल आ, बहुत सोहनी जगह, तुसीं देखते रहे होवोगे, बड़ा जंगली एरिया, वैसे तो सारे ही जंगली हुंदा पर ये कुछ ज़्यादा ही सीगा। रास्ते दे विच बड़े सोहने व्यू मिले सानू, बड़ी शांति सीगी, दिल लगदा सीगा जिवें आपां पहले टीवी च देखते हुंने आ ट्रैकिंग वाला, बस उही माहौल सी सारा। इत्थे जे तुसीं मनाली गए हो तां मनाली तो 11 किलोमीटर दूर पै जांदा नगर साइड नूं आ, ते पुराने रोड ते उधर नूं आए। ये देखो हुण तुसीं वाटरफॉल, सजला वाटरफॉल आ इह, ते इत्थे फिर असीं भाई हुण वीडियो वाडियो बणाईआं, फोटोआं करवाईआं, ते इहनूं इंजॉय कीता। ये थोड़ी जी चौड़बाजी भी चाहिए है। तो तुसीं फन करो, मतलब किसी नूं तंग करके फन ना करो, या कई ना तो शोर शराबा भी करते, वह चीज़ नहीं अपन करनी चाहिए, इंजॉय करना चाहिए, किसी नूं ना तंग करो, अपने च मस्त रहो बस। अते जगह बहुत साफ आ, तो इत्थे अपन गंद नहीं पाना चाहिए, तो लिखा भी होया पवित्र जगह मानते ने इनू, तो इतने कोई शराब सिगरेट वगैरह कुछ भी नहीं चलता, तुसी नहीं पी सकते, वैसे तो करनी नहीं चाहिए। तो यह भी उ झरना थोड़ा जहा नीचे आ रहा, उत्थे भी सानू बहुत वधिया व्यू लग्या, असी उत्थे भी जाके सोचा वीडियो बनाईए। ये देखो उस तो होर थोड़ा जहा नीचे आने, तो ये बड़ा वधिया भी व्यू सीगा। तो वापसी तो असी रोके उत्थे सिड्डू खान, तो बहुत वधिया इन्हां दी मैगी सी, सिड्डू सी, तो होर असी एक मोमोज भी खिलाए, वह भी खाधे, तो असी बैठे हाँ। फिर उस बाद रास्ते जो असी वापसी तो आए, सानू सेबां दे दरख्त दिखे, कच्चे ही सीगे हजे, असी एक तोड़िया भी, रास्ते च असी फ्रूट खाधे। तो ये राह ते जिहड़ी तुसीं हुण मेरी फोटो देख रहे हो, ये 12-13 साल पहला मैं भी जाके आया सी, वह आ देख सकते हो फोटो मेरी। तो वापसी तो असी ये जो जिथे बैठे हाँ एक उल्लू कोल आ जाता रेस्टोरेंट आ, बहुत सोहना, नदी के किनारे आ, रिवर दे, इत्थे बैठ के भी बड़ा आनंद आ रहा। तो इतों तो बाद सीधी असी वापसी, जड़िया नवीं टनल बनिया ने कीरतपुर साहब लई, उतों की आए तो मैं लगता 1.5 घंटे का अपना सफ़र घट गया, 1.5-2 घंटे का सफ़र घट गया सी।
काफ़ी ये सानू फर्क पिया तो असी अपना इंजॉय करके तीन चौथे दिन घर आ गए सी। हाँ जी, वीडियो किवें लगी जरूर दस्यो, चैनल में सबसक्राइब करो, वो तो वो शेयर करो, कमेंट करो।